ਕੀ ਨਾਮ ਭਾਈ ਤੁਹਾਡਾ? ਮੇਰਾ ਨਾਂ ਹਰਵਿੰਦਰ ਸਿੰਘ ਜੀ। ਕਿਹੜਾ ਪਿੰਡ? ਸਭਰਾਵਾਂ, ਤਹਿਸੀਲ ਪੱਟੀ ਅਤੇ ਤਰਨ ਤਾਰਨ ਜ਼ਿਲ੍ਹਾ। ਕੀ ਮਸਲਾ ਕੀ ਆ ਜਿਹੜੀ ਗਲੀ ਕੰਧ ਦੇ ਵਿੱਚ ਹੋਈ ਹੈ ਜੀ? ਮਸਲਾ ਸਰ ਇਹ ਆ ਕਿ ਇਹ ਜਿਹੜੀ ਗਲੀ ਹੈ ਨਾ, ਇਹ ਘੱਟ ਤੋਂ ਘੱਟ 50-60 ਸਾਲ ਪੁਰਾਣੀ ਆ। ਸਾਰੇ ਘਰ ਪੁਰਾਣੇ ਆ, ਇੱਥੇ 8-10 ਘਰ ਰਹਿੰਦੇ ਆ ਜੀ। ਅਤੇ ਇਹ ਗਲੀ ਜਿਹੜੀ ਆ ਨਾ, ਕਿਤਿਓਂ ਗਲੀ ਚੌੜੀ ਆ, ਕਿਤਿਓਂ ਤੰਗ ਆ ਜੀ। ਐਵੇਂ ਚੱਲਦੀ ਆ ਰਹੀ ਸ਼ੁਰੂ ਤੋਂ, ਠੀਕ ਹੈ। ਅਤੇ ਇਹ ਘਰ ਵਾਲਿਆਂ ਨੇ ਗੁਰਮੇਜ ਸਿੰਘ ਦੇ ਬੂਟਾ ਸਿੰਘ ਨੇ ਅਤੇ ਇਹਨਾਂ ਦਾ ਫਾਦਰ ਸਾਹਿਬ ਆ ਸ਼ਬੇਕ ਸਿੰਘ, ਉਹਨਾਂ ਨੇ ਇਹ ਗਲੀ ਦੇ ਵਿੱਚ, ਤੁਸੀਂ ਦੇਖ ਲਓ, ਅੱਧੀ ਗਲੀ ਦੇ ਵਿੱਚ ਕੰਧ ਕਰਤੀ। ਪਹਿਲਾਂ ਇਹਨਾਂ ਕੰਧ ਕੀਤੀ ਆ ਅਗਸਤ ਮਹੀਨੇ 'ਚ, ਉਦੋਂ ਅਸੀਂ BDPO ਨੂੰ ਰਿਪੋਰਟ ਵੀ ਦਿੱਤੀ, ਉਹਨਾਂ ਨੇ ਆ ਕੇ ਇਹਨਾਂ ਨੂੰ ਮਨ੍ਹਾ ਕਰਿਆ ਅਤੇ ਉਦੋਂ ਇਹਨਾਂ ਨੇ ਕਹਿ ਤਾ ਵੀ ਅਸੀਂ ਨਹੀਂ ਕਰਦੇ। ਹੁਣ ਪਤਾ ਨਹੀਂ, ਇਹ ਕਹਿੰਦੇ ਕਿ ਸਾਡੇ, ਅਸੀਂ ਰਜਿਸਟਰੀ ਕਰਾਈ ਆ। ਸਰ ਰਜਿਸਟਰੀ ਜਿਹੜੀ ਆ ਉਹ ਗਲੀ ਦੀ ਕਿਵੇਂ ਹੋ ਸਕਦੀ? ਉਹ ਰਾਵਾਂ ਦੀ ਰਜਿਸਟਰੀ ਕਿਵੇਂ ਹੋ ਸਕਦੀ? ਜਿਹੜਾ ਰਸਤਾ ਹੀ ਜਨਤਕ ਆ, ਇੱਕ ਜਨਤਕ ਰਸਤਾ ਹੁੰਦਾ ਤਾਂ ਉਹ ਨੰਬਰੀ ਆ ਨਾ, ਇਹ ਰਜਿਸਟਰੀ ਕਿਵੇਂ ਹੋ ਸਕਦੀ ਆ? 20 ਦੇ ਵਿੱਚ ਇਹ ਪਲਾਟ ਲਿਆ, 23 ਮਰਲੇ, 10 ਮਰਲੇ ਅਸੀਂ ਖਰੀਦ ਲਿਆ, 13 ਮਰਲੇ ਇਹਨਾਂ ਕੋਲ, ਅਤੇ 125 ਮਰਲਾ ਜਗ੍ਹਾ ਜਿਹੜੀ ਇਹ ਕਹਿੰਦੇ ਰਜਿਸਟਰੀ ਕਰਾਈ ਆ, ਉਹ ਗਲੀ ਦੀ ਕਿਵੇਂ ਕਰਾਤੀ? ਇਹਨਾਂ ਨੇ ਗਲੀ 'ਤੇ ਕਬਜ਼ਾ ਕਰ ਲਿਆ ਜੀ, ਇਹ ਨਜਾਇਜ਼ ਕਬਜ਼ਾ, ਸਾਰੇ ਘਰਾਂ ਦਾ ਰਸਤਾ ਰੋਕ ਰਿਹਾ। ਅਤੇ ਇਹਦੇ 'ਤੇ ਇਹ ਜਿਹੜੇ ਬੰਦਿਆਂ ਨੇ ਕੀਤਾ ਹੈਗਾ, ਗੁਰਮੇਜ ਸਿੰਘ, ਬੂਟਾ ਸਿੰਘ, ਸ਼ਬੇਕ ਸਿੰਘ, ਇਹਨਾਂ 'ਤੇ ਬਣਦੀ ਕਾਰਵਾਈ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਆ। ਮੈਂ ਕਹਿੰਦਾ ਜਿਹੜਾ ਪਿੰਡ ਸਾਡੇ ਦਾ ਜਿਹੜਾ SHO ਸਾਹਿਬ ਆ ਉਹਨੂੰ, ਅਤੇ BD ਜਿਹੜੇ ਪੰਚਾਇਤ ਅਫਸਰ ਉਹਨਾਂ ਨੂੰ, ਅਤੇ ਜਿਹੜਾ ਮਾਲ ਮਹਿਕਮਾ ਉਹਨਾਂ ਨੂੰ ਇਹ 'ਤੇ ਜਿਹੜੀ ਬਣਦੀ ਕਾਰਵਾਈ ਆ ਕਰਨੀ ਚਾਹੀਦੀ ਆ। ਅਤੇ ਇਹ ਜਿਹੜੀ ਕੰਧ ਆ, ਸਾਡਾ ਸਾਰਿਆਂ ਦਾ ਇਹ ਕਹਿਣਾ ਕਿ ਇਹ ਕੰਧ ਜਿਹੜੀ ਆ ਇਹ ਢਵਾਉਣੀ ਚਾਹੀਦੀ ਆ। ਤੁਸੀਂ ਲਿਖਤੀ ਦਰਖਾਸਤਾਂ ਦਿੱਤੀਆਂ ਕੋਈ? ਅਸੀਂ ਸਰ BDPO ਨੂੰ ਦਿੱਤੀ ਆ ਜੀ, ਅਗਸਤ ਮਹੀਨੇ ਦਰਖਾਸਤ ਦਿੱਤੀ ਆ ਮੇਰੇ ਕੋਲ ਆ ਜੀ। ਕੋਈ ਕਾਰਵਾਈ ਹੋਈ ਅੱਜ ਤੱਕ? ਨਹੀਂ, ਉਹਨਾਂ ਨੇ ਇਹਨਾਂ ਨੂੰ ਸਮਝਾਇਆ ਸੀਗਾ ਜੀ, ਅਤੇ ਉਵੇਂ ਕਾਰਵਾਈ ਕੋਈ ਨਹੀਂ ਹੋਈ। ਹੁਣ ਕੀ ਮੰਗ ਕੀ ਆ ਤੁਹਾਡੀ? ਮੰਗ ਇਹ ਆ ਸਰ ਵੀ ਇਹ ਕੰਧ ਜਿਹੜੀ ਹੈ ਢਹਿਣੀ ਚਾਹੀਦੀ, ਜਿਵੇਂ ਗਲੀ ਚੱਲਦੀ ਆ ਪਹਿਲਾਂ ਉਵੇਂ ਗਲੀ ਚੱਲਣੀ ਚਾਹੀਦੀ। ਕੀ ਨਾਮ ਬਜ਼ੁਰਗ ਤੁਹਾਡਾ? ਜਸਵੰਤ ਸਿੰਘ। ਕਿਹੜਾ ਪਿੰਡ? ਸਭਰਾ। ਅਤੇ ਕੀ ਮਸਲਾ ਜਿਹੜਾ ਇਕੱਤਰ ਹੋਏ? ਇਹ ਮਸਲਾ ਇਹ ਜੀ, ਇਹਨਾਂ ਨੇ ਜਿਹੜਾ ਨਾ, ਇਹ ਬਿਲਕੁਲ ਗਲੀ ਆ, ਰਸਤਾ ਵਾ, ਅਤੇ ਰਸਤਾ ਇਹਨਾਂ ਮਿਲਿਆ, ਇਹ ਰਸਤਾ ਸਾਫ਼ ਹੋਣਾ ਚਾਹੀਦਾ ਵਾ, ਜਿਹੜੀ ਕੰਧ ਕੀਤੀ ਹੈ ਢਹਿਣੀ ਚਾਹੀਦੀ ਹੈ। ਗਲੀ ਦੇ ਕੰਧ ਕੀਤੀ ਗਈ ਹੈ? ਹਾਂ, ਗਲੀ ਦੇ ਵਿੱਚ ਕੀਤੀ ਗਈ। ਕੋਈ ਦਰਖਾਸਤਾਂ ਦਿੱਤੀਆਂ ਇਸ ਸੰਬੰਧ? ਦਰਖਾਸਤਾਂ ਦਿੱਤੀਆਂ ਵਾ। ਕਾਰਵਾਈ ਹੋਈ ਅੱਜ ਤੱਕ? ਕੋਈ ਕਾਰਵਾਈ? ਉਹ ਆ ਕੇ ਮਨਾ ਕਰ ਗਿਆ ਇਹਨਾਂ ਨੂੰ, ਤੇ ਇਹ ਕਹਿੰਦੇ ਸੀ ਨਹੀਂ ਕਰਦੇ, ਉਹ ਕੱਲ ਨੂੰ ਤੇ ਮਹੀਨੇ ਤੋਂ ਜ਼ਿਆਦਾ ਹੋ ਜਾਣਾ, ਤੇ ਫਿਰ ਇਹਨਾਂ ਵੱਲਤੀ ਹੈ? ਇਹਨਾਂ ਫਿਰ ਵੱਲਤੀ ਹੈ। ਹਾਂਜੀ, ਗੁਰਮੇਜ ਸਿੰਘ ਜੀ? ਹਾਂਜੀ ਹਾਂਜੀ ਭਾਜੀ। ਅਸੀਂ ਪੱਤਰਕਾਰ। ਅੱਛਾ ਅੱਛਾ ਭਾਜੀ। ਹਾਂਜੀ। ਅੱਛਾ, ਤੁਹਾਡੀ ਨਾ ਗਲੀ ਵਾਲਿਆਂ ਸਾਨੂੰ ਸੱਦਿਆ ਸੀਗਾ, ਜਿਹੜੀ ਇਹ ਕੰਧ ਤੁਸੀਂ ਕਰਨ ਦੇ ਗਲੀ ਦੇ ਵਿੱਚ। ਹਾਂਜੀ ਭਾਜੀ। ਇਹ ਜਿਹੜੀ ਗਲੀ ਸੀ ਇਹ ਕਿੰਨੇ ਚਿਰ ਤੋਂ ਇਹ ਹੈਗੀ ਸੀ? ਇਹ ਪੁਰਾਣੀ ਗਲੀ ਹੈ ਇਹ? ਇਹ ਤੇ ਭਾਜੀ ਘੜੋ ਘੱਟ ਵੀ ਗਲੀ ਨੂੰ 70-80 ਸਾਲ ਹੋ ਗਏ ਹੋਣੇ ਆ। ਅੱਛਾ, 45 ਸਾਲ ਮੇਰੀ ਉਮਰ ਹੋ ਗਈ ਆ। 70-80 ਸਾਲ ਦੀ ਉਦੋਂ ਦੀ ਗਲੀ? ਇੱਕ ਮਿੰਟ ਭਾਜੀ, ਮੇਰੀ 45 ਸਾਲ ਉਮਰ ਹੋ ਗਈ ਆ। ਹਾਂਜੀ, ਮੇਰੇ ਤੋਂ ਇਹ ਪਹਿਲਾਂ ਦੀ ਚੱਲਣ ਡਈ ਆ। ਅੱਛਾ, ਤੁਹਾਡੇ ਤੋਂ ਪਹਿਲਾਂ ਦੀ ਹੈ ਨਾ? ਪਹਿਲਾਂ ਦੀ ਆ ਜੀ। ਤੇ ਫਿਰ ਸਰ ਉਦੋਂ ਦਾ ਕਿਉਂ ਨਹੀਂ ਕਬਜ਼ਾ ਇੱਥੇ ਕੀਤਾ? ਓਹ ਭਾਜੀ, ਪਤਾ ਕੀ ਚੱਕਰ ਆ? ਮੈਂ ਗਲੀ ਵੀ ਮੁੱਲ ਲੈ ਲਈ ਜੀ, ਗਲੀ ਸਰਕਾਰੀ ਗਲੀ ਲੈ ਲਈ। ਨਹੀਂ, ਗਲਤ ਗੱਲ ਆ। ਫੀਤਾ ਮਾਰਿਆ ਤੁਸੀਂ? ਇੱਕ ਮਿੰਟ ਭਾਜੀ, ਫੀਤਾ ਮਾਰਿਆ 11 ਫੁੱਟ ਗਲੀ, 2 ਫੁੱਟ ਵੱਧ ਛੱਡੀ। ਅੱਛਾ,
ਰੇਸ਼ਮ ਤੁਹਾਨੂੰ ਪਤਾ ਆਪਣਾ ਜੋ ਵਸੀਕਾ ਵਾ ਉਹ ਗਲੀ ਦੇ ਵਿਚ ਵਲੀ ਗਈ ਆ ਇਹ ਓਦੋ ਓਦੋ ਕਿਉਂ ਨਾ ਮਾਲਕੀ ਆ ਨਿਕਲੀ ਜੀ ਇਹ ਵੀ ਮੈਂ ਭਾਜੀ ਤੁਹਾਨੂੰ ਦੱਸਦਾ ਹਾਂਜੀ ਇਹ ਮੈਂ ਤੁਹਾਨੂੰ ਦਰਖਾਸ਼ਾਂ ਵਾ ਤਿੰਨ ਵਾਰੀ ਇਹਨਾਂ ਚੌਂਕੀ ਜਾ ਕੇ ਫੋਨ ਕਰ ਲਿਓ ਚੌਂਕੀ ਜਾ ਪੁੱਛ ਲਿਓ ਜਾ ਉੱਥੇ ਜਾ ਕੇ ਪੁੱਛ ਲਿਓ ਤਿੰਨ ਵਾਰੀ ਦਰਖਾਸਤਾਂ ਕਰ ਕਰਕੇ ਸਾਈਨ ਕਰ ਕਰ ਚੌਂਕੀ ਚ ਮੁਕਰੇ ਦੋ ਦੋ ਲੱਖ ਰੁਪਇਆ ਜੁਰਮਾਨਾ ਰੱਖ ਕੇ ਮੁਕਰੇ ਚਲੋ ਠੀਕ ਹੈ ਵੀਰ ਜੀ ਕੋਈ ਗੱਲ ਨੀ ਜੀ ਧੰਨਵਾਦ ਠੀਕ ਹੈ ਭਾਜੀ ਮਿਹਰਬਾਨੀ ਸਰ ਇੱਕ ਜਿਹੜਾ ਗਲੀ ਦੇ ਵਿੱਚ ਕੰਧ ਕੀਤੀ ਜਾ ਰਹੀ ਹੈ ਤੇ ਕੋਈ ਗਲੀ ਵਾਲਿਆਂ ਦਾ ਰੋਸ ਹੈ ਕਿ ਉਹ ਜਿਹੜੀ ਬਿਜਾਈ ਕੀਤੀ ਜਾ ਰਹੀ ਕੀ ਮਾਮਲਾ ਇੱਕ ਨਾ ਗੁਰਮੇਜ ਸਿੰਘ ਪੁੱਤਰ ਸ਼ਬੇਕ ਸਿੰਘ ਵਾਸੀ ਸਭਰਾ ਵੱਲੋਂ ਸਾਨੂੰ ਕੰਪਲੇਂਟ ਕੀਤੀ ਹੈ ਕਿ ਮੇਰੀ ਇੱਕ ਮਾਲਕੀ ਜਗ੍ਹਾ ਵਾ ਗਲੀ ਦੇ ਵਿੱਚ ਉਸ ਨੂੰ ਕਿ ਮੈਂ ਆਪਣੀ ਜਗ੍ਹਾ ਵੱਲ ਰਿਹਾ ਵਾਂ ਤੇ ਮੈਨੂੰ ਅਗਲੇ ਗਲੀ ਵਾਲੇ ਰੋਕਦੇ ਆ ਅਸੀਂ ਇਸ ਦੋਨਾਂ ਪਾਰਟੀਆਂ ਨੂੰ ਰੋਕਤਾ ਵਾ ਕਿ ਤੁਸੀਂ ਇਹ ਮਹਿਕਮਾ ਪੰਚਾਇਤ ਨਾਲ DDPO ਨਾਲ ਸੰਬੰਧਿਤ ਹੈ ਤੇ ਦੋਵੇਂ ਪਾਰਟੀਆਂ ਆਪਣੀ ਰਜਾਮੰਦੀ ਨਾਲ ਆਪਣੀ ਨਿਸ਼ਾਨਦੇਹੀ ਕਰਾ ਲਓ ਮਹਿਕਮਾ ਪੰਚਾਇਤ ਆਵੇ ਇਹਨਾਂ ਲੜਾਈ ਝਗੜਾ ਕਰਨ ਤੋਂ ਹੀ ਰੋਕ ਦਿੱਤਾ ਜੇ ਵੀ ਕਾਰਵਾਈ ਹੋਊਗੀ ਜੈਸੀ ਕਾਰਵਾਈ ਹੋਊਗੀ ਅਗਲੀ ਅਮਲ ਵਿੱਚ ਲਿਆਂਦੀ ਵੈਸੀ ਕਾਰਵਾਈ ਕੀਤੀ ਜਾਵੇ ਹਾਂਜੀ ਪਰਮ ਭਾਜੀ ਇੱਕ ਜਿਹੜਾ ਗਲੀ ਦਾ ਮਸਲਾ ਵਾ ਜਿਹੜੀ ਉਹ ਗਲੀ ਦੇ ਜ਼ਬਰਦਸਤੀ ਕੰਧ ਕੀਤੀ ਜਾ ਰਹੀ ਆ ਮਹਿਕਮੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ ਪਹਿਲੋਂ ਪਹਿਲੋਂ ਵੀ ਕਾਰਵਾਈ ਕੀਤੀ ਗਈ ਜਦੋਂ ਸਾਡੇ ਤੋਂ ਆਪਣੇ ਨਾ ਇਹਨਾਂ ਦੀ ਦਰਖਾਸਤ ਉਦੋਂ ਵੀ ਇਹਨਾਂ ਦੇ ਉੱਥੋਂ ਅਸੀਂ ਮੌਕਾ ਵੇਖਿਆ ਜਾ ਕੇ ਮੌਕਾ ਵੇਖ ਕੇ ਉਹਨਾਂ ਨੂੰ ਡੱਕਿਆ ਠੀਕ ਹੈ ਜੀ ਅਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹੁਣ ਵੀ ਹੁਣ ਇਲੈਕਸ਼ਨ ਆਉਣ ਕਰਕੇ ਜਿਹੜੀਆਂ ਜਿੰਨੀਆਂ ਵੀ ਆ ਦਰਖਾਸਤਾਂ ਉਹ ਰੋਕ ਦਿੱਤੀਆਂ ਗਈਆਂ ਸੀ ਅਤੇ ਇਲੈਕਸ਼ਨ ਡਿਊਟੀਆਂ ਲੱਗ ਗਈਆਂ ਸਾਡੀਆਂ ਹੁਣ ਕੋਈ ਵੀ ਜੇ ਕੋਈ ਉਹਨਾਂ ਨੂੰ ਕੋਈ ਇਹੋ ਜਿਹੀ ਆਪਣੇ ਸਰਕਾਰ ਵਿਰੁੱਧ ਕੋਈ ਕਾਨੂੰਨ ਕਰਦੇ ਆ ਗਲਤ ਕੀਤਾ ਉਹਨਾਂ ਨੂੰ ਸੱਦਿਆ ਵਾ ਜੇ ਉਹ ਉਹਨਾਂ ਦੀ ਮਾਲਕੀ ਨਾ ਹੋਊਗੀ ਜੇ ਪੰਚਾਇਤ ਦੀ ਚੀਜ਼ ਸਾਡੇ ਨਾਲ ਰਿਲੇਟਡ ਹੋਊਗੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ